ਲੁਧਿਆਣਾ ਪੁੱਜੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਨਸ਼ੇ ਦੀ ਸਪਲਾਈ ਤੇ ਮੰਗ ਨੂੰ ਲੈ ਕੇ ਆਈ ਕਮੀ ਸਹਿਤ ਅਲੱਗ ਅਲੱਗ ਮੁੱਦਿਆਂ ਤੇ ਪੁਲਿਸ ਕਮਿਸ਼ਨ ਲੁਧਿਆਣਾ ਤੇ ਲੁਧਿਆਣਾ ਰੇਂਜ ਦੇ ਪੁਲਿਸ ਅਫਸਰਾਂ ਦੇ ਗਜ਼ਟਡ ਅਫਸਰਾਂ ਅਤੇ ਥਾਣਾ ਪ੍ਰਭਾਰੀਆਂ ਨਾਲ ਮੀਟਿੰਗ ਕੀਤੀ ਗਈ। ਪੰਜਾਬ ਪੁਲਿਸ ਕੇ ਡੀਜੀਪੀ ਸੁਰੇਸ਼ ਅਰੋੜਾ ਦੁਆਰਾ ਨਸ਼ੋ ਕੀ ਸਪਲਾਈ ਮੇ ਮੰਗ ਕੋ ਲੇਕਰ ਆਈ ਕਮੀ ਸਹਿਤ ਅਨੇ ਅਲੱਗ ਅਲੱਗ ਮੁੱਦੋ ਕੋ ਲੇਕਰ ਪੁਲਿਸ ਕਮਿਸ਼ਨਰ ਲੁਧਿਆਣਾ ਵੇ ਲੁਧਿਆਣਾ ਰੇਂਜ ਕੇ ਗਜ਼ਟਡ ਅਫਸਰੋਂ ਥਾਣਾ ਪ੍ਰਭਾਰੀਓਂ ਕੇ ਸਾਥ ਇੱਕ ਬੈਠਕ ਕੀ ਗਈ। ਬੈਠਕ ਕਾ ਉਦੇਸ਼ਕ ਖੇਤਰ ਮੇ ਨਸ਼ੋ ਕੀ ਸਪਲਾਈ ਮੇ ਮੰਗ ਮੇ ਆਈ ਕਮੀ ਕੇ ਇਲਾਵਾ ਅਨੇ ਮੁੱਦੋ ਪਰ ਚਰਚਾ ਕਰਨਾ ਰਹਾ। ਇਸ ਮੌਕੇ ਪਰ ਡੀਜੀਪੀ ਅਰੋੜਾ ਨੇ ਕਿਹਾ ਕਿ ਐਸਟੀਐਫ ਅਬ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਕਾ ਹਿੱਸਾ ਹੈ ਔਰ ਐਸੇ ਮੇ ਪੰਜਾਬ ਪੁਲਿਸ ਕੇ ਅਲੱਗ ਅਲੱਗ ਯੂਨਿਟੋ ਮੇ ਨਸ਼ਾ ਤਸਕਰੋਂ ਖਿਲਾਫ ਪ੍ਰਭਾਵੀ ਕਾਰਵਾਈ ਹੇਤੂ ਆਪਸ ਮੇ ਤਾਲਮੇਲ ਬੇਹਦ ਅਵਸ਼ਕ ਹੈ। ਉਨ੍ਹਾਂ ਅਧਿਕਾਰੀਓਂ ਸੇ ਤਸਕਰੋਂ ਦੁਆਰਾ ਗੈਰ ਕਾਨੂੰਨੀ ਤਰੀਕੇ ਸੇ ਬਣਾਈ ਸੰਪਤੀਓਂ ਪਰ ਵੀ ਪ੍ਰਭਾਵੀ ਕਾਰਵਾਈ ਕਰਨੇ ਕੋ ਕਿਹਾ ਜਿਸੇ ਤਸਕਰੋਂ ਕੇ ਵਿੱਤੀ ਸੰਸਾਧਨੋਂ ਮੇ ਕਮੀ ਆਏਗੀ ਜਿਨ੍ਹੇ ਵੇ ਆਮ ਤੌਰ ਪਰ ਨਸ਼ਾ ਤਸਕਰੀ ਜੁੜੀ ਆਪਣੀ ਅਵੈਧ ਗਤੀਵਿਧੀਓ ਕੇ ਲਈ ਇਸਤੇਮਾਲ ਕਰਤੇ ਹੈ। ਉਨ੍ਹਾਂ ਅਧਿਕਾਰੀਓਂ ਸੇ ਐਨਡੀਪੀਐਸ ਐਕਟ ਕੇ ਤਹਿਤ ਭਗੋੜੇ ਵੇ ਫਰਾਰ ਅਪਰਾਧੀਓਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਣੇ ਕੇ ਲਈ ਵੀ ਕਿਹਾ। ਜੀ ਐਸਟੀਐਫ ਸਾਹਿਬ ਹਮਾਰੇ ਸਾਥ ਹੈ ਔਰ ਬੇਸਿਕ ਜੋ ਇਹ ਗਵਰਨਮੈਂਟ ਕਾ ਫੈਸਲਾ ਹੁਆ ਥਾ ਤੋ ਇੱਕ ਟੀਮ ਵਰਕ ਕ੍ਰੀਏਟ ਕਰਨੇ ਕੇ ਲਈ ਔਨ ਦਾ ਗਰਾਊਂਡ ਤੋ ਉਸਕੇ ਲਈ ਐਸਟੀਐਫ ਔਰ ਹਮਾਰੇ ਜੋ ਸਾਰੇ ਐਸਐਚਓਸ ਵਗੈਰਾ ਜੋ ਹਮਾਰੇ ਡੀਆਈਜੀ ਲੁਧਿਆਣਾ ਰੇਂਜ ਕੇ ਜ਼ਿਲ੍ਹੇ ਹੈ ਕਰਨਾ ਜਗਰਾਓਂ ਐਂਡ ਨਵਾਂਸ਼ਹਿਰ ਪਲੱਸ ਕਮਿਸ਼ਨਰ ਕੇ ਤੋ ਉਨਕੀ ਇੱਕ ਟੀਮ ਥੀ ਔਰ ਉਸਕੇ ਹਮਨੇ ਉਨਕੋ ਬ੍ਰੀਫਿੰਗ ਕੀ ਹੈ ਕਿ ਔਰ ਕਿਆ ਕਿਆ ਕਰਨਾ ਚਾਹੀਏ। ਡਰੱਗਸ ਕੋ ਲੈ ਕੇ ਖਾਲਿਸਤਾਨ ਕੋ ਲੈ ਕੇ ਬੜਾ ਚੱਲਦਾ ਹੈ ਉਹ ਅਮੈਰੀਕਾ ਨੂੰ ਵੀ ਬੈਨ ਕਰ ਦਿਆ ਵਹਾਂ ਪੇ ਉਹ ਜੋ ਯਹਾਂ ਪੇ ਕਿਆ ਆਪਕੋ ਲਗਤਾ ਹੈ ਇੰਟੈਲੀਜੈਂਸ ਕੀ ਰਿਪੋਰਟ ਹੈ ਕੁਛ ਤੋ ਬਬਰ ਖਾਲਸਾ ਵਾਲਾ ਜੋ ਅਭੀ ਪਿੱਛੇ ਆਇਆ ਥਾ ਤੋ ਉਹ ਤੋ ਬੈਨ ਆਰਗਨਾਈਜੇਸ਼ਨ ਹੈ ਇਨ ਐਨੀ ਕੇਸ ਔਰ ਜੋ ਵੀ ਆਤੰਕਵਾਦ ਕੇ ਖਿਲਾਫ ਜੋ ਐਸੀ ਕੋਈ ਗਤੀਵਿਧੀ ਹੈ ਉਸਕੇ ਲਈ ਹਮਾਰੀ ਇੰਟੈਲੀਜੈਂਸ ਔਰ ਹਮਾਰੀ ਪੁਲਿਸ ਉਹ ਅਲਰਟ ਹੈ ਇਸ ਬਾਤ ਪਰ ਕੁਛ ਯਹਾਂ ਪੇ ਅਲਰਟ ਹੈ ਕੁਛ ਬਬਰ ਖਾਲਸਾ देखिए जो ऐसी चीज़ें होती हैं वह अंडर इन्वेस्टिगेशन होती हैं तो आप पब्लिकली इसको शेयर नहीं कर सकते लेकिन यस व्हाट एवर इज डेवलपमेंट वी आर अवेयर ऑफ दैट। जागती लड़के लिए लुधियाना से सुरेंद्र अरोड़ा की रिपोर्ट।